ਜਿਹੜੇ ਲੋਕ ਇਹ ਗੱਲ ਕਹਿੰਦੇ ਨੇ ਨਾ, ਵੇਖੋ ਜੀ ਸਾਨੂੰ ਗੁਰਬਾਣੀ ਸਮਝ ਨਹੀਂ ਆਉਂਦੀ, ਸਾਡੇ ਤੇ ਗੁਰਬਾਣੀ ਪੱਲੇ ਨਹੀਂ ਪੈਂਦੀ। ਵੇਖੋ ਗੁਰਬਾਣੀ ਦਾ ਜੇ ਸਾਰ ਕੱਢਣਾ ਹੋਵੇ ਨਾ ਸਾਰ, ਤੇ ਗੁਰਬਾਣੀ ਦੇ ਵਿੱਚ ਪਤਾ ਕੀ ਦੱਸਿਆ ਗਿਆ? ਗੁਰਬਾਣੀ ਸਾਨੂੰ ਇਹੀ ਗੱਲ ਸਮਝਾਉਂਦੀ ਹੈ ਕੀ ਸਹੀ ਹੈ ਤੇ ਕੀ ਗਲਤ ਹੈ। ਸਾਰੀ ਗੁਰਬਾਣੀ ਨਾ ਇਹੀ ਗੱਲ ਸਾਨੂੰ ਸਮਝਾ ਰਹੀ ਵੀ ਆਹ ਕੰਮ ਸਹੀ ਹੈ ਤੇ ਆਹ ਕੰਮ ਗਲਤ ਹੈ। ਤੇ ਜਿਹੜੀ ਗੱਲ ਗੁਰਬਾਣੀ ਸਮਝਾ ਰਹੀ ਹੈ ਨਾ, ਕੋਈ ਕਹਿ ਰਿਹਾ ਜਿਹੜਾ ਕਹਿੰਦਾ ਕਿ ਮੈਨੂੰ ਗੁਰਬਾਣੀ ਸਮਝ ਨਹੀਂ ਆਉਂਦੀ ਤੇ ਇਸ ਕਰਕੇ ਮੈਂ ਗਲਤ ਪਾਸੇ ਨੂੰ ਤੁਰਿਆ ਹੋਇਆ, ਤੇ ਮੈਂ ਉਹਨੂੰ ਕਹਿਣਾ ਚਾਹਾਂਗਾ ਭਲਿਆ ਜਿਹੜੀਆਂ ਗੱਲਾਂ ਗੁਰਬਾਣੀ ਦੱਸਦੀ ਪਈ ਹੈ ਨਾ ਉਹ ਗੱਲਾਂ ਵੈਸੇ ਤੇ ਆਲਰੇਡੀ ਤੈਨੂੰ ਪਤਾ ਹੀ ਨੇ, ਸਾਰੀਆਂ ਪਤਾ ਹੀ ਨੇ। ਪਤਾ ਹੀ ਹੈ ਨਾ ਸਾਰਿਆਂ ਨੂੰ ਚੋਰੀ ਕਰਨੀ ਮਾੜੀ ਹੈ ਕਿ ਚੰਗੀ ਹੈ? ਪਤਾ ਹੀ ਹੈ ਮਾੜੀ ਹੈ। ਰਿਸ਼ਵਤ ਲੈਣੀ ਚੰਗੀ ਹੈ ਕਿ ਮਾੜੀ ਹੈ? ਪਤਾ ਹੀ ਹੈ। ਝੂਠ ਬੋਲਣਾ ਚੰਗਾ ਕਿ ਮਾੜਾ? ਪਤਾ ਹੀ ਹੈ ਨਾ ਸਾਰਿਆਂ ਨੂੰ ਇਹ ਗੱਲਾਂ। ਹੁਣ ਕੋਈ ਇੱਦਾਂ ਦੀ ਗੱਲ ਤਾਂ ਨਹੀਂ ਵੀ ਇਹ ਕੋਈ ਨਵੀਆਂ ਗੱਲਾਂ ਨੇ, ਅੱਜ ਹੀ ਕਿਤੋਂ ਆਈਆਂ ਨੇ ਤਾਂ ਸਾਨੂੰ ਕਿਸੇ ਨੂੰ ਕੁਝ ਪਤਾ ਹੀ ਨਹੀਂ। ਗੁਰਬਾਣੀ ਵੀ ਇਹੀ ਸਾਰੀਆਂ ਗੱਲਾਂ ਦੱਸਦੀ ਪਈ ਹੈ, ਤੇ ਜਿਹੜੀਆਂ ਗੱਲਾਂ ਗੁਰਬਾਣੀ ਦੱਸਦੀ ਪਈ ਹੈ ਉਹ ਤੇ ਆਲਰੇਡੀ ਸਾਨੂੰ ਪਤਾ ਹੀ ਨੇ। ਬਸ ਗੱਲ ਇਹ ਹੈ ਕਿ ਅਸੀਂ ਉਹਨਾਂ ਗੱਲਾਂ ਨੂੰ ਵਿਚਾਰਨ ਵਾਸਤੇ ਤਿਆਰ ਨਹੀਂ। ਜਿਸ ਦਿਨ ਵਿਚਾਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਸਹੀ ਪਾਸੇ ਨੂੰ ਤੁਰਨਾ ਸ਼ੁਰੂ ਕਰ ਦਿਆਂਗੇ। ਫਿਰ ਐਕਸਕਿਊਜ਼ ਨਹੀਂ ਆਏਗਾ ਵੀ ਗੁਰਬਾਣੀ ਸਮਝ ਨਹੀਂ ਆਉਂਦੀ। ਫਿਰ ਪਤਾ ਹੋਏਗਾ ਬੰਦੇ ਨੂੰ ਵੀ ਮੈਨੂੰ ਪਤਾ ਹੀ ਹੈ ਸਾਰਾ ਕੁਝ, ਮੈਂ ਤਾਂ ਆਪ ਵੈਸੇ ਮੰਨਣ ਵਾਸਤੇ ਤਿਆਰ ਨਹੀਂ ਹੈਗਾ, ਹਿਸਾਬ ਕਿਤਾਬ ਤਾਂ ਇਹ ਬਣਿਆ ਹੋਇਆ। ਸੋ ਜਿਹੜੀ ਵਿਚਾਰਧਾਰਾ ਗੁਰਬਾਣੀ ਦੇ ਵਿੱਚ ਸਾਡੇ ਸਾਹਮਣੇ ਰੱਖੀ ਗਈ ਹੈ ਨਾ, ਅਸੀਂ ਆਪਣਾ ਉੱਦਮ ਉਸ ਪਾਸੇ ਨੂੰ ਕਰਿਆ ਕਰੀਏ, ਗੁਰਬਾਣੀ ਪੜ੍ਹਨ ਵਾਲੇ ਪਾਸੇ ਨੂੰ, ਗੁਰਬਾਣੀ ਵਿਚਾਰਨ ਵਾਲੇ ਪਾਸੇ ਨੂੰ। ਵੈਸੇ ਇੱਕ ਛੋਟੀ ਜਿਹੀ ਮੈਂ ਬੇਨਤੀ ਕਰਾਂ, ਤੁਸੀਂ ਕੋਈ ਵੀ ਕੰਮ ਕਰਨ ਲੱਗੋ ਨਾ, ਕੋਈ ਵੀ ਕੰਮ, ਸ਼ੁਰੂ ਸ਼ੁਰੂ ਦੇ ਵਿੱਚ ਉਹ ਕੰਮ ਔਖਾ ਹੀ ਲੱਗਦਾ, ਕੋਈ ਸ਼ੱਕ ਵਾਲੀ ਗੱਲ ਨਹੀਂ। ਕੋਈ ਵੀ ਕੰਮ ਕਰ ਲਓ, ਦੁਨੀਆ ਦਾ ਕੋਈ ਵੀ ਕੰਮ ਕਰ ਲਓ, ਔਖਾ ਹੀ ਲੱਗੇਗਾ। ਜਿਸ ਦਿਨ ਪਹਿਲੇ ਦਿਨ ਬੈਂਕ ਗਏ ਹੋਗੇ ਨਾ, ਬੜਾ ਔਖਾ ਲੱਗਾ ਹੋਏਗਾ। ਪਹਿਲੇ ਦਿਨ ਬੈਂਕ ਗਏ ਆ, ਪੈਸੇ ਕਿਵੇਂ ਜਮ੍ਹਾਂ ਕਰਾਉਣੇ ਨੇ, ਕਿਵੇਂ ਕਢਾਉਣੇ ਨੇ, ਪਤਾ ਹੀ ਨਹੀਂ ਬੰਦੇ ਨੂੰ। ਪਰ ਜਦੋਂ ਬੰਦਾ ਦੋ ਤਿੰਨ ਵਾਰੀ ਜਾ ਆਉਂਦਾ ਪਤਾ ਲੱਗ ਜਾਂਦਾ ਨਾ। ਪਹਿਲੇ ਦਿਨ ਬੰਦਾ ਗੱਡੀ ਚਲਾਉਂਦਾ ਬੜਾ ਔਖਾ ਲੱਗਦਾ, ਪਹਿਲੇ ਦਿਨ ਚਲਾਈ ਹੈ ਭਾਈ, ਪਰ ਜਦੋਂ ਜਦੋਂ ਟਾਈਮ ਨਿਕਲਦਾ ਜਾਂਦਾ ਫਿਰ ਤਾਂ ਬੰਦਾ ਆਪਣੀ ਮਸਤੀ ਦੇ ਵਿੱਚ ਹੁੰਦਾ, ਆਪੇ ਹੀ ਗੇਅਰ ਪੈ ਜਾਂਦਾ, ਆਪੇ ਹੀ ਮੋੜ ਕੱਟਿਆ ਜਾਂਦਾ, ਆਪੇ ਹੀ ਸਭ ਕੁਝ ਹੋਈ ਜਾਂਦਾ। ਕਿਉਂ? ਹੁਣ ਪਤਾ ਲੱਗ ਗਿਆ, ਜਦੋਂ ਵੀ ਕੋਈ ਨਵਾਂ ਕੰਮ ਕਰਦੇ ਹਾਂ ਸ਼ੁਰੂਆਤ ਵਿੱਚ ਉਹ ਕੰਮ ਔਖਾ ਹੀ ਲੱਗਦਾ। ਬੰਦਾ ਜਦੋਂ ਬਾਣੀ ਨੂੰ ਵਿਚਾਰਨ ਲੱਗੇ ਨਾ ਸ਼ੁਰੂ ਸ਼ੁਰੂ ਦੇ ਵਿੱਚ ਔਖੀ ਲੱਗੇਗੀ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈ। ਪਰ ਜਦੋਂ ਪੜ੍ਹਦੇ ਜਾਵਾਂਗੇ ਗੁਰਬਾਣੀ ਦੇ ਫਾਰਮੂਲਾਜ਼ ਨੂੰ ਸਮਝਦੇ ਜਾਵਾਂਗੇ, ਹੌਲੀ 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 ਕਰਦਿਆਂ 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 ਗੁਰਬਾਣੀ ਵੀ ਸੌਖੀ ਲੱਗਣ ਲੱਗ ਪੈਂਦੀ ਹੈ, ਸਵਾਦ ਆਉਣ ਲੱਗ ਪੈਂਦਾ ਫਿਰ ਗੁਰਬਾਣੀ ਨੂੰ ਵਿਚਾਰਨ ਲੱਗਿਆਂ ਵੀ। ਕਿਉਂਕਿ ਫਿਰ ਜਦੋਂ ਸਿੱਖਿਆ ਮਿਲਣੀ ਸ਼ੁਰੂ ਹੁੰਦੀ ਹੈ ਨਾ, ਤਾਂ ਉਹਦਾ ਆਨੰਦ ਫਿਰ ਆਪਣਾ ਹੀ ਹੁੰਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਆਨੰਦ ਤੁਹਾਨੂੰ ਉਦੋਂ ਆਏਗਾ ਜਦੋਂ ਤੁਸੀਂ ਉਹ ਕੰਮ ਕਰਕੇ ਵੇਖੋਗੇ, ਉਦੋਂ ਆਏਗਾ ਜਦੋਂ ਇੱਕਦਮ ਗੁਰਬਾਣੀ ਵਿੱਚੋਂ ਗੱਲ ਜਦੋਂ ਨਿਕਲ ਕੇ ਸਾਹਮਣੇ ਆਉਂਦੀ ਨਾ, ਗੱਲ ਕਲਿੱਕ ਕਰਦੀ ਹੈ ਦਿਮਾਗ ਦੇ ਵਿੱਚ ਵੀ ਵਾਹ ਇਹ ਗੱਲ ਆਖ ਦਿੱਤੀ ਸਤਿਗੁਰੂ ਨੇ, ਉਹਦਾ ਸਵਾਦ ਹੀ ਬੜਾ ਵੱਖਰਾ ਹੁੰਦਾ। ਉਹ ਜਿੰਨੇ ਮਾਣਿਆ ਉਸ ਸਵਾਦ ਨੂੰ ਉਹ ਜਾਣਦਾ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਇਹ ਗੂੰਗੇ ਕੀ ਮਿਠਿਆਈ ਵਾਲੀ ਗੱਲ ਹੈ ਵੀ ਗੂੰਗੇ ਬੰਦੇ ਨੂੰ ਹੁਣ ਤੁਸੀਂ ਰਸਗੁੱਲਾ ਖਵਾ ਦਿਓ ਅਤੇ ਉਹਨੂੰ ਪੁੱਛੋ ਭਾਈ ਬੋਲ ਕੇ ਦੱਸ ਸਵਾਦ ਕਿਵੇਂ ਹੈ, ਉਹ ਗੂੰਗਾ ਉਹ ਕਿਵੇਂ ਦੱਸੇਗਾ, ਕਿਵੇਂ ਦੱਸੇਗਾ। ਬਸ ਸੇਮ ਇਹੀ ਗੱਲ ਹੈ ਵੀ ਜਿਹਨੂੰ ਗੁਰਬਾਣੀ ਦੀ ਸਮਝ ਆਉਣ ਲੱਗ ਪੈਂਦੀ ਹੈ ਨਾ, ਉਹ ਫਿਰ ਵਿਖਾਵਿਆਂ ਦੇ ਵਿੱਚ ਨਹੀਂ ਪੈਂਦਾ, ਵਿਖਾਲਿਆਂ ਦੇ ਵਿੱਚ ਨਹੀਂ ਪੈਂਦਾ। ਬਹੁਤੇ ਬੰਦੇ ਤਾਂ ਵਿਖਾਵਿਆਂ ਦੇ ਵਿੱਚ ਨੇ, ਉਹ ਵਿਖਾਵਿਆਂ ਦੇ ਵਿੱਚ ਨੇ ਵੀ ਅਸੀਂ ਇੰਨਾ ਪਾਠ ਕਰਦੇ ਹਾਂ, ਇੰਨਾ ਨਿਤਨੇਮ ਕਰਦੇ ਹਾਂ, ਇੰਨਾ ਸਿਮਰਨ ਕਰਦੇ ਹਾਂ, ਇੰਨੀਆਂ ਸਮਾਧੀਆਂ ਲਾਉਂ, ਉਹ ਲੋਕਾਂ ਨੂੰ ਦੱਸਣ ਵਾਸਤੇ ਕਰਦੇ ਨੇ। ਪਰ ਜਿਹਨੂੰ ਵਾਕਈ ਗੁਰਬਾਣੀ ਦੀ ਵਿਚਾਰ ਸਮਝ ਆ ਜਾਂਦੀ ਹੈ ਨਾ, ਉਹ ਦੱਸਣ ਵਾਸਤੇ ਕੁਝ ਨਹੀਂ ਕਰਦਾ, ਉਹ ਜ਼ਿੰਦਗੀ ਨੂੰ ਸੋਹਣਾ ਬਣਾਉਣ ਵਾਸਤੇ ਸਭ ਕੁਝ ਕਰਦਾ। ਉਹ ਬਾਣੀ ਨੂੰ ਵਿਚਾਰੇਗਾ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ, ਗੁਰਬਾਣੀ ਪੜ੍ਹੇਗਾ ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ, ਨਾ ਕਿ ਲੋਕਾਂ ਨੂੰ ਦੱਸਣ ਵਾਸਤੇ। ਪਰ ਅੱਜ ਬਹੁਤਿਆਂ ਦੀ ਦੌੜ ਜਿਹੜੀ ਹੈ ਨਾ, ਉਹ ਲੋਕਾਂ ਨੂੰ ਦੱਸਣ ਵਾਸਤੇ ਲੱਗੀ ਹੋਈ ਹੈ ਵੀ ਦੱਸ ਦਈਏ ਸਾਰਿਆਂ ਨੂੰ, ਦੱਸਣ ਦੇ ਨਾਲ ਕੁਝ ਨਹੀਂ ਹੋਣਾ। ਜਿਨ੍ਹਾਂ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ,
ਤਾਂ ਕਿ ਇਹ ਮੈਸੇਜ ਜਿਹੜਾ ਹੈ ਉਹ ਦੂਰ ਦੂਰ ਤੱਕ ਜਾ ਸਕੇ। ਜਿਨ੍ਹਾਂ ਵੀਰਾਂ ਭੈਣਾਂ ਨੇ ਹਜੇ ਤੱਕ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰ ਲਿਓ, ਬੈੱਲ ਆਈਕਨ ਜ਼ਰੂਰ ਦਬਾ ਦਿਓ ਅਤੇ ਆਲ 'ਤੇ ਜ਼ਰੂਰ ਕਲਿੱਕ ਕਰਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕੀਤੀ ਜਾਵੇ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ। ਅਤੇ ਜਿਨ੍ਹਾਂ ਨੇ ਅਜੇ ਤੱਕ ਮੈਨੂੰ ਫੇਸਬੁੱਕ 'ਤੇ ਫੋਲੋ ਨਹੀਂ ਕੀਤਾ, ਬਲਜੀਤ ਸਿੰਘ ਦਿੱਲੀ ਦੇ ਨਾਂ 'ਤੇ ਮੇਰਾ ਫੇਸਬੁੱਕ ਪੇਜ ਹੈ, ਉੱਥੇ ਜਾ ਕੇ ਤੁਸੀਂ ਮੈਨੂੰ ਫੋਲੋ ਕਰ ਸਕਦੇ ਹੋ, ਮੇਰੇ ਪੇਜ ਨੂੰ ਲਾਈਕ ਕਰ ਦਿਓ, ਨਿਊ ਅਪਡੇਟਸ ਤੁਹਾਡੇ ਤੱਕ ਪਹੁੰਚ ਜਾਣਗੀਆਂ। ਧੰਨਵਾਦ।